ਐਸਟੀਐਫ ਨੇ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਲ ਸੁਲਤਾਨਵਿੰਡ ਪਿੰਡ ਦੇ ਰਿਹਾਇਸ਼ੀ ਇਲਾਕੇ ਆਕਾਸ਼ ਵਿਹਾਰ ਦੀ ਇੱਕ ਕੋਠੀ ਵਿੱਚੋਂ ਲਗਭਗ 450 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ। ਕਾਬੂ ਕੀਤੇ ਨਸ਼ਿਆਂ ਵਿੱਚ ਲਗਭਗ 188 ਕਿਲੋ ਹੈਰੋਇਨ, 38 ਕਿਲੋ ਸਿੰਥੈਟਿਕ ਡਰੱਗ, 26 ਕਿਲੋ ਕੈਫੀਨ ਪਾਊਡਰ ਅਤੇ 6 ਡਰਾਮਾਂ ਵਿੱਚ ਲਗਭਗ 207 ਕਿਲੋ ਰਸਾਇਣਕ ਮਿਸ਼ਰਣ ਸ਼ਾਮਲ ਹੈ। ਪੁਲਿਸ ਨੇ ਇਸ ਸੰਬੰਧ ਵਿੱਚ ਕੋਠੀ ਦੇ ਮਾਲਕ ਅਕਾਲੀ ਆਗੂ ਅਨਵਰ ਮਸੀਹ ਨੂੰ ਵੀ ਗ੍ਰਿਫਤਾਰ ਕੀਤਾ। ਮੁੱਖ ਮੰਤਰੀ ਨੇ ਆਖਿਆ ਕਿ ਅੰਮ੍ਰਿਤਸਰ ਵਿੱਚ ਫੜੀ ਗਈ ਹੈਰੋਇਨ ਗੁਜਰਾਤ ਵਿੱਚ ਬਰਾਮਦ ਹੋਈ ਖੇਪ ਦਾ ਹੀ ਹਿੱਸਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿਮਰਜੀਤ ਸਿੰਘ ਸੰਧੂ ਨਾਮਕ ਵਿਅਕਤੀ ਡਰੱਗਸ ਦਾ ਕਿੰਗ ਪਿੰਨ ਹੈ, ਜੋ ਇਸ ਸਮੇਂ ਇਟਲੀ ਵਿੱਚ ਹੈ, ਜਿਸ ਨੂੰ ਉੱਥੋਂ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਹਨਾਂ ਕਿਹਾ ਕਿ ਸੰਧੂ ਨੂੰ ਪੰਜਾਬ ਲਿਆਉਣ ਦੇ ਯਤਨ ਕੀਤੇ ਜਾਣਗੇ ਤਾਂ ਜੋ ਨਸ਼ੇ ਦੇ ਹੋਰ ਵੱਡੇ ਮਗਰਮੱਛਾਂ ਤੱਕ ਪਹੁੰਚਿਆ ਜਾ ਸਕੇ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।